सर इतने अभी मुंडे लाने वो मुंडे एक बारी नहीं है तीजी बारी चांस हो चुके हर वारी अरबाजी करते तो कल इन्होंने मेरे घर वाले बदतमी जी ने बुलाया गल करनी है तेरे नाल ये फिर भी गए आ चल कोई गल नहीं गल करते करते धक्का मुक्की चालू कर दी गंदी गंदी गाला करते मां भैन दी कौन है मुंडे मुंडा जरा लाबी आ लवली मिंटू और भी मुंडे है किन्ने बजे दी गल है किन्ने बजे दी गल कल जो पहले होया सी सर उदो 8:30 बजे होया सीगा उदो शांत भी हो गए सी असी मैं क्या पर घर नूं कंप्लेन लिखा के आओ कोई उन्होंने कोई एक बंदा सीगा उन्होंने मना किया कहिंदे रहण दो भाजी मैं समझा दिंदा इन्हां नूं मेरे घर वाले ने कंप्लेन नहीं की उस टाइम पर रुक गए आ फिर इन्होंने 11 बजे आए आके उत्थे खड़े से असी रेहड़ी लियाने लगे सीगे बंद करके ओदे विच समान भी पिया होया सी मेरे रेहड़ी च पैसे पुसे सारे कुछ सीगे इन्ने च मेरा रेहड़ी पूरा तोड़ दिता घर वाले नूं करेटा मारियां खिच खिच के फिर उस तो बाद मेरा घर वाला इधर आ गया फोन करन वास्ते उधरों सारे जने इकट्ठे जो होके आ गए उन्हूं मारन लई की हाथ च की सी उन्हां दे कृपान सी डांग सीगा बट्टे सीगे ਤੇ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਪੀਸੀਆਰ ਵਾਲੇ ਆਏ ਸੀਗੇ ਉਹਨਾਂ ਨਾਲ ਕੰਪਲੇਨ ਕੀਤੀ ਆ ਉਹ ਕਹਿੰਦੇ ਆ ਕਿ ਸਿਵਲ ਜਾ ਕੇ ਤੁਸੀਂ ਪਰਚਾ ਕਰਾਓ ਅਸੀਂ ਉੱਥੇ ਗਏ ਉੱਥੇ ਵੀ 20-25 ਜਣੇ ਸੀਗੇ ਜੇ ਸਰ ਉੱਥੇ ਚਲੇ ਜਾਂਦੇ ਤਾਂ ਉੱਥੇ ਇਹਨਾਂ ਨੇ ਫੇਰ ਮਾਰਨਾ ਸੀ ਸਾਨੂੰ ਮੇਰੇ ਕੋਲ ਤੇ ਹੁਣ ਅਸੀਂ 4 ਜਣੇ ਸੀਗੇ ਕੀ ਹਾਲਾਤ ਹੈ ਤੁਹਾਡੇ ਘਰ ਵਾਲੇ ਘਰ ਵਾਲਾ ਅਜੇ ਮੇਰਾ ਠੀਕ ਨਹੀਂ ਹੈਗਾ ਤੁਹਾਡੇ ਵੀ ਮਾਰਿਆ ਹਾਂਜੀ ਕਿੱਥੇ ਮਾਰਿਆ ਮੇਰੇ ਆ ਹੱਥ 'ਚ ਲੱਗੀ ਆ ਇੱਥੇ ਲੱਗੀ ਮੇਰਾ ਫੋਨ ਖੋ ਲਿਆ ਉਹਨਾਂ ਨੇ ਫੋਨ ਖੋ ਕੇ ਮੇਰਾ ਇੱਥੇ ਮਾਰਿਆ ਕਿੰਨੇ ਦਾ ਫੋਨ ਸੀ ਮੇਰਾ ਫੋਨ ਸਰ ਪੂਰਾ ਟੋਟਲ 16,500 ਦਾ ਸੀਗਾ ਮੈਂ ਕਿਸ਼ਤਾ ਕੁਸ਼ਤਾ ਸਮੇਤ ਭਰਿਆ ਉਹ ਵੀ ਲੈ ਕੇ ਖੋ ਗਏ ਮੇਰਾ ਫੋਨ ਖੋ ਕੇ ਸਰ ਇੱਥੇ ਮੇਰੇ ਸਾਹਮਣੇ ਤੋੜਿਆ ਉਹਨਾਂ ਨੇ ਮੈਂ ਕਿਉਂਕਿ ਮੈਂ ਵੀਡੀਓ ਬਣਾ ਰਹੀ ਸੀ ਨਾ ਉਹਨਾਂ ਨੇ ਗੰਦੀ ਗੰਦੀ ਗਾਲੀਆਂ ਕੱਢਦੇ ਪਏ ਸੀ ਮੇਰੇ ਘਰ ਵਾਲੇ ਉਹਨੂੰ ਸਾਰੇ ਅੰਦਰ ਵੜ ਕੇ ਮਾਰਦੇ ਪਏ ਸੀ ਮੈਂ ਵੀਡੀਓ ਬਣਾਉਂਦੀ ਪਈ ਕੋਈ ਵੀ ਨਹੀਂ ਆਇਆ ਬਚਾਉਣ ਇੱਥੇ ਕੋਈ ਨਹੀਂ ਆਇਆ ਸਰ ਸਵਾਇਆ ਮੁੰਡੇ ਦੇ ਕੋਈ ਵੀ ਨਹੀਂ ਆਇਆ ਇੱਥੇ ਬਚਾਉਣ ਲਈ ਇਹ ਮੁਹੱਲੇ ਵਾਲੇ ਸਰ ਸਿਰਫ ਤਮਾਸ਼ਾ ਦੇਖਦੇ ਆ ਕਦੀ ਨਹੀਂ ਅੱਗੇ ਆਉਂਦੇ ਆ ਕਦੀ ਵੀ ਨਹੀਂ ਜਦ ਲੋੜ ਪੈਂਦੀ ਆ ਉਦੋਂ ਠੇਕੇਦਾਰ ਨੂੰ ਬੁਲਾ ਲੈਣਗੇ ਠੇਕੇਦਾਰ ਆ ਕਰ ਦੋ ਉਹ ਕਰ ਦੋ ਠੇਕੇਦਾਰ ਚਲੇ ਜਾਂਦੇ ਆ ਜਦ ਠੇਕੇਦਾਰ ਨੂੰ ਲੋੜ ਪੈਂਦੀ ਉਦੋਂ ਕੋਈ ਵੀ ਨਹੀਂ ਆਉਂਦਾ ਮੈਂ ਆਪਣੇ ਘਰ ਵਾਲੇ ਨੂੰ 50 ਵਾਰੀ ਕਿਹਾ ਕਿ ਦਰਿਆ ਦਿਲੀ ਦਿਖਾਉਣਾ ਬੰਦ ਕਰ ਦਿਓ ਜਿੰਨਾ ਕਰੋਗੇ ਲੋਕ ਉਨਾ ਉੱਤੇ ਚੜ੍ਹਦੇ ਆ ਉਹਨੇ ਜਿਹੜੇ ਮੁੰਡਿਆਂ ਨੇ ਮਾਰਿਆ ਵਾ ਇਹਨਾਂ ਨੂੰ ਅਸੀਂ ਬੁਲਾਉਣਾ ਚਲਾਉਣਾ ਬੰਦ ਕੀਤਾ ਸੀਗਾ ਨਹੀਂ ਬੁਲਾਉਂਦੇ ਸੀਗੇ ਅਸੀਂ ਕਿਉਂ ਬੁਲਾਈਏ ਤੁਹਾਨੂੰ ਕਿਉਂ ਫ੍ਰੀ ਦਾ ਖਿਲਾਈਏ ਖਿਲਾਈਏ ਮਿਹਨਤ ਕਰਦੇ ਆ ਅਸੀਂ ਕਿਉਂ ਖਿਲਾਈਏ ਖਿਲਾਈਏ ਫ੍ਰੀ ਦਾ ਤੁਹਾਨੂੰ ਸਿਰਫ ਮੇਰੇ ਘਰ ਵਾਲੇ ਨੇ ਇਹੀ ਗੱਲ ਕਹੀ ਸੀ ਕਿ ਭਾਈ ਜੇ ਤੂੰ ਜਨਾਨੀ ਖੜੀ ਹੁੰਦੀ ਰੇੜੀ ਤੋਂ ਉਹਨੂੰ ਨਾ ਆਇਆ ਕਰੋ ਇਹਦੇ 'ਚ ਕਿਹੜਾ ਗਲਤ ਕਹਿਤਾ ਉਹਨੇ ਮੈਂ ਮੇਰੇ ਉੱਤੇ 12 ਜਣੇ ਨੇ ਭਾਰ ਦਿੱਤਾ ਜੀ 6 ਪਿੰਡ ਦੇ 6 ਬਾਹਰ ਦੇ ਇਹਨਾਂ ਦੇ ਵਿੱਚੋਂ ਮਿੰਟੂ ਲਾਡੀ ਲਾਡੀ ਉਹਦਾ ਮਿੰਟੂ ਦਾ ਭਰਾ ਉਸ ਤੋਂ ਬਾਅਦ ਲਵਲੀ ਅਤੇ ਸ਼ੋਭਾ ਇੱਕ ਮੇਥੀ ਬਾਕੀ ਬਾਹਰ ਦੇ ਹੁੰਦੇ ਸੀ ਇੱਕ ਉਹ ਜੀ ਪਿੰਡ ਦਾ ਮੁੰਡਾ ਕਾਲਾ ਜਿਹਾ ਵਾ ਉਹਦਾ ਨਾਮ ਨਹੀਂ ਪਤਾ ਜੀ ਉਹਨੇ ਮੇਰੇ ਕਿਰਪਾਨ ਮਾਰੀ ਲਾਡੀ ਉਹਨਾਂ ਨੇ ਮੇਰੇ ਜੀ ਮਾਰੀ ਆ ਕੜੇ ਕੁੜੇ ਮਾਰੇ ਆ ਮੇਰੀ ਘਰ ਵਾਲੀ ਤਾਂ ਮਾਂ ਤੋਂ ਫੜ ਕੇ ਜੇ ਮੇਰੀ ਘਰ ਵਾਲੀ ਤਾਂ ਮੇਰੇ ਬੱਚੇ ਨਾ ਆਉਂਦਾ ਤਾਂ ਮੈਨੂੰ ਮਾਰ ਕੇ ਚਲੇ ਜਾਂਦੇ ਮੇਰੇ ਮੁੰਡੇ ਦੇ ਕਿਰਪਾਨ ਮਾਰਨ ਲੱਗੇ ਮੇਰਾ ਮੁੰਡਾ ਭੱਜ ਗਿਆ ਆਪਣਾ ਮੇਰਾ ਮੁੰਡਾ ਬਪਾਰਾ ਨੂੰ ਮੰਨਦਾ ਜੀ ਜਿਹਦੇ ਕਿਰਪਾਨ ਮਾਰਨ ਲੱਗੇ ਸੀ ਮੇਰੇ ਰੇਹੜੀ ਮੁੰਡੀ ਸਾਰੀ ਮੰਡੀ ਦਾ ਮਾਰ ਨੂੰ ਸਾਰੇ ਤੋੜ ਕੇ ਚੱਲ ਗਏ ਪਾਲ ਪੂਰਾ ਤੋੜ ਗਿਆ ਰੇਹੜੀ ਤੋੜ ਦਿੱਤੀ ਸਾਰਾ ਸਮਾਨ ਰੇਹੜੀ 'ਤੇ ਜਿੰਨਾ ਸਾਰਾ ਤੋੜ ਦਿੱਤਾ ਜੀ ਉਹਨਾਂ ਨੇ ਬਾਕੀ ਮੇਰਾ ਘਰ ਵਾਲੀ ਦਾ ਮੋਬਾਇਲ ਫੋਨ ਤੋਂ ਪੈਸੇ ਸਾਰੇ ਲੈ ਕੇ ਹੋ ਗਏ ਥੱਲੇ 'ਚ ਪੈਸੇ ਕੱਢਦੇ ਸਾਰੇ ਇਹਨਾਂ ਨੇ ਅਤੇ ਘਰ ਦਾ ਵੀ ਸਮਾਨ ਤੋੜ ਕੇ ਚੱਲ ਗਏ ਉਹ ਮੇਰੀ ਕੁੱਤੀ ਸੀ ਛੋੜੀ ਜੀ ਉਹਦੇ ਵਿਚਾਰੀ ਦੇ ਬੱਚੇ ਹੋਣ ਵਾਲੇ ਸੀ ਉਹਨੂੰ ਵੀ ਇਹਨਾਂ ਨੇ ਮਾਰਿਆ ਦੱਸੋ ਜਾਨਵਰ ਜੇ ਜਾਨਵਰ ਮੈਂ ਰੱਖਿਆ ਤਾਂ ਮੈਨੂੰ ਹੀ ਪਿਆਰ ਮਿਲੂਗਾ ਉਹਨਾਂ ਨੂੰ ਪੈਂਦੀ ਸੀ ਤਾਂ ਉਹਨਾਂ ਉਹਦੇ ਵੀ ਇਹਨਾਂ ਨੇ ਮਾਰਿਆ ਲੋਕਾਂ ਨੂੰ ਤਾਂ ਮਾਰਨੇ ਤਾਂ ਨਾ ਮੈਂ ਨਹੀਂ ਪਤਾ ਵਿਚਾਰੀ ਦੇ ਬੱਚੇ ਜੀਂਦੇ ਆ ਕਿ ਮਰ ਗਏ ਮੇਰਾ ਜੀ ਵਿਕਾਸ ਜੀ ਕੀ ਹੋਇਆ ਸੀ ਰਾਤ ਰਾਤ ਜੀ ਮੇਰਾ ਕਜ਼ਨ ਬ੍ਰਦਰ ਹੀ ਹੈ ਫਰੈਂਡ ਹੀ ਹੈ ਅਤੇ ਮੈਂ ਘਰੇ ਸੀਗਾ ਮੈਨੂੰ ਫੋਨ ਆਇਆ ਮੰਡੀ 'ਚ ਅੱਡਾ ਲਾਉਂਦਾ ਇੱਕ ਮੁੰਡਾ ਕਿ ਵੀਰੇ ਨੂੰ ਕੁੱਟਦੇ ਪਏ ਆ ਬੰਦੇ ਇਕੱਠੇ ਹੋ ਗਏ ਜਦ ਮੈਂ ਆਇਆ ਉਰੇ ਹੱਥੋਪਾਈ ਹੋ ਰਹੀ ਸੀਗੀ ਹੱਥੋਪਾਈ ਹੋ ਰਹੀ ਸੀਗੀ ਅਤੇ ਮੈਂ ਆ ਕੇ ਮੋਟਰਸਾਈਕਲ ਲਾਇਆ ਛੱਡ ਛੜੀਆ ਕਰਾਇਆ ਅਸੀਂ ਉਸੇ ਟਾਈਮ ਸਤਵਿੰਦਰ ਭਾਅ ਜੀ ਕੋਲ ਚਲੇ ਗਏ ਸਤਵਿੰਦਰ ਕੋਲ ਕੌਂਸਲਰ ਰਹਿ ਚੁੱਕੇ ਸੀ ਸਾਡੇ ਪਿੰਡ ਦੇ ਪਹਿਲਾਂ ਅਤੇ ਅਸੀਂ ਉਹਨਾਂ ਕੋਲ ਗਏ ਉਹਨਾਂ ਨੂੰ ਦੱਸੀ ਕਿ ਸਾਨੂੰ ਐਂ ਕਰਕੇ ਤੰਗ ਕਰਦੇ ਪਏ ਆ ਅਸੀਂ ਉਦੋਂ ਪਹਿਲਾਂ ਵੀ ਜਾ ਚੁੱਕੇ ਸੀਗੇ ਮਹੀਨਾ ਪਹਿਲਾਂ ਪਹਿਲੇ ਵੀ ਲੜਾਈ ਹੋਈ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਸੀ
ਅਸੀਂ ਪਹਿਲਾਂ ਵੀ ਉਹਨਾਂ ਕੋਲ ਗਏ ਸੀਗੇ ਅਤੇ ਉਹ ਭਾਅ ਜੀ ਕਹਿੰਦੇ ਸੀ ਅੱਜ ਸ਼ਾਮ ਨੂੰ ਮੈਂ ਆਪ ਆਊਂਗਾ ਸਾਨੂੰ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਸਮਝਾ ਦੂੰਗਾ ਅਤੇ ਉੱਧਰੋਂ ਅਸੀਂ ਵਾਪਸ ਆਏ 9:30 10 10:30 11 ਵਜੇ ਆਹ ਲੜਨਾ ਸ਼ੁਰੂ ਕਰਤਾ ਇਹਨਾਂ ਨੇ ਸ਼ਰਾਬ ਨਾਲ ਰੱਜੇ ਹੋਏ ਸੀਗੇ ਸਾਰੇ ਕਿੰਨੇ ਜਣੇ ਸੀ 10-12 ਜਣੇ ਸੀ ਘੱਟੋ ਘੱਟ ਇਕੱਲੇ ਉਹਨਾਂ ਨੂੰ ਮਾਰਿਆ ਹਾਂਜੀ ਕੀ ਹਾਥੀ ਸੀ ਉਹਨਾਂ ਦੇ ਇਹਨਾਂ ਕੋਲ ਕਿਰਪਾਨਾਂ ਸੀਗੀਆਂ ਡਾਂਗਾਂ ਸੀ ਜੀ ਦਾਤ ਸੀਗੇ ਨਾਲ ਇੱਟਾਂ ਪੱਥਰ ਵੀ ਚਲਾਏ ਇਹਨਾਂ ਨੂੰ ਅਤੇ ਉਸ ਟਾਈਮ ਕੋਈ ਨਹੀਂ ਆਇਆ ਮੱਲੇ ਨਹੀਂ ਜੀ ਕੋਈ ਨਹੀਂ ਆ ਰਿਹਾ ਸੀ ਜੀ ਬਸ ਸਾਰੇ ਖੜ ਕੇ ਦੇਖਦੇ ਪਏ ਸੀਗੇ ਕੋਈ ਨਹੀਂ ਆਇਆ ਛੁਡਾਉਣ ਲਈ ਫਿਰ ਪੁਲਿਸ ਨੂੰ ਕਿੰਨੀ ਦੇਰ ਬਾਅਦ ਆਈ ਪੁਲਿਸ ਆਈ ਆ ਜੀ ਜਦ ਸਾਰੇ ਭੱਜ ਭੁੱਜ ਗਏ ਇੱਧਰ ਉੱਧਰ ਹੋ ਗਏ ਪੁਲਿਸ ਆਈ 15-20 ਮਿੰਟ ਬਾਅਦ ਕੁਛ ਕੀਤਾ ਉਹਨਾਂ ਨੇ ਉਹ ਆ ਕੇ ਵੀਡੀਓ ਬਣਾ ਕੇ ਲੈ ਕੇ ਗਏ ਆ ਜੀ ਸਾਰੀ ਮੌਕੇ ਦੀ ਉਸ ਤੋਂ ਬਾਅਦ ਆਏ ਨਹੀਂ ਉਸ ਤੋਂ ਬਾਅਦ ਨਹੀਂ ਆਏ ਜੀ